ਮਾਂ ਚੜਾਇਆ ਸਮਾਨ ਸਾਉ ਸਹੀ ਹੋਇਆ ਬੈ ਕੰਮ ਇੱਥੇ ਲਾਉਣੇ ਟੈਂਟ ਆਪਾਂ ਉਹਨਾਂ ਬੱਦਲ ਵੇਖੋ ਮੀਂਹ ਆਉਣ ਦਾ ਕੋਈ ਤਾਂ ਵੀ ਆ ਸਕਦਾ ਉਹ ਤੋਂ ਪਹਿਲਾਂ ਟੈਂਟ ਲਾ ਲਈਏ ਕਿ ਜਵਾਕ ਨਾ ਭਿਉਣ ਲਈਏ ਕਿਤੇ ਕੇਸ਼ਨ ਵੇਖ ਲਓ ਕਿਹੜੀ ਆ ਅਤੇ ਇੱਧਰਲੇ ਬੰਨੇ ਬੱਦਲ ਬਿਲਕੁਲ ਬਰੋਬਰ ਇੱਧਰ ਧੁੰਦ ਅਤੇ ਸਾਹਮਣੇ ਆਪਣਾ ਕੈਂਪ ਨਾ ਲਾ ਹੀ ਦਿੱਤਾ ਆਖਿਰਕਾਰ ਅਸੀਂ ਚੋਟੀ ਅਤੇ ਤੰਬੂ ਅੱਜ ਇੰਡੀਆ ਟੂਰ ਦਾ ਨੌਵਾਂ ਦਿਨ ਅੱਠ ਦਿਨ ਮੈਂ ਪਹਿਲਾਂ ਟਰੈਵਲ ਕਰ ਗਿਆ ਸੀ ਉਹਦੇ 14-15 ਵਲੌਗ ਸੀ ਅਤੇ ਹੁਣ 20-25 ਦਿਨ ਹੁਣ ਟਰੈਵਲ ਕਰਨਾ ਵਾ ਆਪਾਂ ਲੇਹ ਤੱਕ ਜਾ ਰਹੇ ਹਾਂ ਟਾਈਮ ਹੋ ਗਿਆ ਜੀ ਸਵੇਰ ਦਾ 3:00 ਅਤੇ 12 ਮਿੰਟ ਆਪਾਂ ਲਿਆ ਨਾ ਤੇ ਬੱਚੇ ਸਾਡੇ ਅਜੇ ਸੁੱਤੇ ਪਏ ਨਿਮਰਤਾ ਦੇ ਕੱਪੜੇ ਚੇਂਜ ਹੋ ਗਏ ਆ ਕੀਰ ਤਾਂ ਸੁੱਤਾ ਪਿਆ ਹੈ ਨਾ ਇਹਨੂੰ ਉਠਾ ਕੇ ਕਰਦੇ ਹਾਂ ਤਿਆਰ ਅਤੇ ਫਿਰ ਕਰਦੇ ਤਿਆਰੀ ਚਲੋ ਕੀਰ ਉੱਠੋ ਚੱਲੀਏ ਪੁੱਤ ਕੀਰ ਧਰੀ ਸੁੱਤੇ ਪਏ ਸਰਦਾਰ ਕਿਉਂ ਵੀ ਤਿਆਰ ਇੱਧਰ ਨਿਮਰਤ ਦਾ ਵੀ ਬੁਰਾ ਹਾਲ ਹੈ ਸੁੱਤ ਵੀ ਸੁੱਤੀ ਪਈ ਚੱਲੀਏ ਪੁੱਤ ਉੱਠ ਜਦੋਂ ਆ ਗਏ ਪੱਗ ਬੰਨ ਕੇ ਵੀਲੇ ਨਾਲ ਸਰਦਾਰ ਸਾਹਿਬ ਅਤੇ ਗੱਡੀ ਸਟਾਰਟ ਆ ਆਪਾਂ ਨਿਕਲਦੇ ਹਾਂ ਬਸ 5-10 ਮਿੰਟ 'ਚ ਟਾਈਮ 4 ਵਜੇ 'ਚ 5 ਮਿੰਟ ਰਹਿ ਗਏ ਸਾਹਮਣੇ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਅਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਫੇਰ ਸਵਾਗਤ ਆ ਸਵੇਰ ਦਾ ਵੱਜ ਗਿਆ ਜੀ 4 ਅਤੇ ਆਪਾਂ ਚੱਲੇ ਹਾਂ ਅੱਜ ਇੰਡੀਆ ਟੂਰ 'ਤੇ ਸੈਕਿੰਡ ਪਾਰਟ ਮਤਲਬ ਪਿੱਛੇ ਜੀ ਵੀ ਆਪਾਂ ਇੰਡੀਆ ਟੂਰ ਸ਼ੁਰੂ ਕੀਤਾ ਸੀਗਾ 10 ਅਪ੍ਰੈਲ ਨੂੰ ਅਤੇ ਸੋਰੀ 10 ਮਈ ਨੂੰ ਗਏ ਸੀਗੇ ਅਤੇ ਆਪਾਂ ਕਸ਼ਮੀਰ ਸਾਰਾ ਘੁੰਮ ਲਿਆ ਸੀ ਅਤੇ ਅੱਜ ਆਪਾਂ ਫੇਰ ਸਟਾਰਟ ਕਰ ਰਹੇ ਅੱਜ ਵਾਲਾ ਜਿਹੜਾ ਟੂਰ ਹੈ ਇਹ ਲੇਹ ਲਦਾਖ ਤੋਂ ਜਾਣਾ ਆਪਾਂ ਹੈ ਨਾ ਲੇਹ ਲਦਾਖ ਤੱਕ ਸਾਰਾ ਕਵਰ ਕਰਾਂਗੇ ਪਰ ਜਾਵਾਂ ਕਸ਼ਮੀਰ ਤਾਂ ਨਹੀਂ ਅੱਜ ਆਪਾਂ ਸ਼੍ਰੀਨਗਰ ਜਾਵਾਂਗੇ ਸ਼ਾਮ ਨੂੰ ਅਤੇ ਸਾਰੇ ਰੈਡੀ ਹੋ ਗਏ ਅਤੇ ਚਲੋ ਚੱਲਦੇ ਆਪਾਂ ਗੁਰਦੁਆਰੇ 'ਤੇ ਮੱਥਾ ਟੇਕਦੇ ਹਾਂ ਅਤੇ ਫਿਰ ਤੁਹਾਨੂੰ ਦਰਸ਼ਨ ਕਰਾਉਣੇ ਕਿਹੜੇ ਕਿਹੜੇ ਨਾਲ ਚੱਲੇ ਕਿਉਂਕਿ ਸਰਦਾਰਨੀ ਹੈ ਰਣਵੀਰ ਅਤੇ ਕੀਰਤ ਅਤੇ ਨਿਮਰਤ 5 ਜਣੇ ਟੋਟਲ ਬੱਚੇ ਪਾ ਕੇ ਅਤੇ ਚਲੋ ਚੱਲਦੇ ਪਹਿਲਾਂ ਗੁਰਦੁਆਰੇ 'ਤੇ ਮੱਥਾ ਟੇਕਦੇ ਅਤੇ ਫਿਰ ਆਪਾਂ ਕਰਦੇ ਗੱਲਬਾਤ ਛੋਟਾ ਨਿੱਕਾ ਪੁੱਤ ਇਹ ਬੜਾ ਸਿਆਣਾ ਪੁੱਤ ਹੈ ਇਹ ਰੋਂਦਾ ਨਹੀਂ ਜਮਾਂ ਹੈ ਨਾ ਤੜਕੇ ਤੜਕੇ ਉੱਠ ਕੇ ਜਮਾਂ ਨਹੀਂ ਰੋਂਦਾ ਹੈ ਇਹ ਨੂਣਾ ਜਾਣਾ ਕਿੱਕਾ ਆ ਇਹ ਹੱਸਦਾ ਅਤੇ ਉਹ ਸਰਦਾਰ ਸਾਹਿਬ ਰੋ ਕੇ ਹੀ ਪੈ ਗਿਆ ਅਜੇ ਉੱਠਦਾ ਨਹੀਂ ਤਾਂ ਮੈਂ ਨਹੀਂ ਜਾਣਾ ਚਲੋ ਜੀ ਚੱਲ ਗਏ ਮਗਰ ਉਹ ਸੁੱਤਾ ਪਿਆ ਸਰਦਾਰ ਸਾਹਿਬ ਸੁੱਤੇ ਪਏ ਚਲੋ ਜੀ ਕਰੀਏ ਸਟਾਰਟ ਕੰਮ ਹੁਣ ਆਪਾਂ ਅੱਜ ਤੋਂ ਦੇ ਕਰਦੇ ਨੂੰ ਟਾਈਮ ਹੋ ਗਿਆ 4:09 ਅਤੇ 9 ਮਿੰਟ ਹੈ ਨਾ ਸਭ ਤੋਂ ਪਹਿਲਾਂ ਆਪਾਂ ਜਾਂਦੇ ਹਾਂ ਗੁਰਦੁਆਰਾ ਸਾਹਿਬ ਅਤੇ ਮੱਥਾ ਟੇਕਦੇ ਹਾਂ ਫਿਰ ਆਪਾਂ ਚੱਲਾਂਗੇ ਸਫ਼ਰਾਂ 'ਤੇ ਆਪਾਂ ਪਹੁੰਚ ਗਏ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਟਾਈਮ ਦੀ ਗੱਲ ਉਹੀ 4:15 ਦਾ ਹੋ ਗਿਆ ਨਾ ਅਤੇ ਪਹਿਲਾਂ ਟੇਕਦੇ ਹਾਂ ਆਪਣੇ ਗੁਰਦੁਆਰਾ ਸਾਹਿਬ ਮੱਥਾ ਅਤੇ ਫਿਰ ਆਪਾਂ ਚੱਲਦੇ ਹੈ ਨਾ ਕਿਉਂਕਿ ਸਫ਼ਰ ਲੰਬਾ ਵਾ ਅਰਦਾਸ ਬੇਨਤੀ ਕਰਕੇ ਨਿਕਲਦੇ ਨਾ ਦਿਨ ਕਾਫ਼ੀ ਬਾਹਰ ਵਟੋਟ 20-25 ਦਿਨ ਬਾਹਰ ਰਹਿਣਾ ਆਪਾਂ ਬਿਲਕੁਲ ਚਲੋ ਜੀ ਆਪਾਂ ਕਰ ਲਿਆ ਦਰਸ਼ਨ ਮੱਥਾ ਟੇਕ ਲਿਆ ਅਤੇ ਹੁਣ ਕੱਢਦੇ ਹਾਂ ਵਾਟ ਨੂੰ ਅਤੇ ਸ਼ਾਮ ਦਾ ਸਟੇ ਆਪਣਾ ਸ਼੍ਰੀਨਗਰ ਆ ਸ਼੍ਰੀਨਗਰ ਪਹੁੰਚਦੇ ਹਾਂ ਅਤੇ ਰਸਤੇ 'ਚ ਕਰਦੇ ਗੱਲ ਫਿਰ ਆਪਾਂ ਤੁਹਾਨੂੰ ਦੱਸਦੇ ਸਾਰਾ ਕੁਛ ਅਤੇ ਵੈਸੇ ਜ਼ਿਆਦਾ ਸੁਬਹਾ ਸੁਬਹਾ ਵਾਟ ਨਹੀਂ ਬਣੇ ਫਿਰ ਦਿਨ ਚੜ੍ਹ ਜੂਗਾ ਵੀਡੀਓ ਥੋੜ੍ਹੀ ਵਧੀਆ ਬਣੂਗੀ ਫਿਰ ਆਪਾਂ ਕਰਦੇ ਗੱਲਬਾਤ ਮੌਸਮ ਬਾਹਰ ਖਰਾਬ ਹੀ ਕਣੀਆਂ ਕੁਣੀਆਂ ਪੈ ਰਹੀਆਂ ਰਾਤੀ ਵੀ ਮੀਂਹ ਲੈਟ ਗਈ ਵੀ ਸੀ ਸਵੇਰ ਦੀ ਗੀਜ਼ਰ ਵੀ ਬੰਦ ਠੰਡੇ ਠੰਡੇ ਪਾਣੀ ਦੇ ਨਹਾ ਕੇ ਆਏ ਸੀ ਚਲੋ ਚੱਲਦੇ ਹੁਣ ਆਪਾਂ ਪਹੁੰਚ ਗਿਆ ਅੰਮ੍ਰਿਤਸਰ ਸਾਹਿਬ ਹੈ ਨਾ ਅਤੇ ਸਾਹਮਣੇ ਆ ਗਿਆ ਗੋਲਡਨ ਗੇਟ ਹੈ ਨਾ ਆਪਾਂ ਕਰ ਰਹੇ ਕ੍ਰੋਸ ਇੱਥੋਂ ਆਪਾਂ ਚਲੇ ਜਾਵਾਂਗੇ ਗੁਰਦਾਸਪੁਰ ਵਾਲੀ ਸਾਈਡ ਨੂੰ 6:00 ਚ ਰਹਿ ਗਿਆ ਜੀ ਸਿਰਫ 5-10 ਮਿੰਟ ਹੈ ਨਾ 5:52 ਟਾਈਮ ਹੋ ਗਿਆ ਅਤੇ ਸੂਰਜ ਨਿਕਲਦਾ ਆਇਆ ਵਾ ਅਤੇ ਮੌਸਮ ਬਾਹਰ ਦੀ ਗੱਲ ਕਰੀਏ ਅੱਜ ਸਾਰੇ ਬੱਦਲ ਆ ਰਾਤੀ ਵੀ ਮੀਂਹ ਪੈਂਦਾ ਰਿਹਾ ਅਤੇ ਪਿੰਡ ਕਾਫ਼ੀ ਮੀਂਹ ਪੈ ਗਿਆ ਸੀ ਨਾ ਅਤੇ ਮਤਲਬ ਕਹਿਣ ਦਾ ਕਿ ਸੂਰਜ ਨਿਕਲਿਆ ਹੈਗਾ ਬੱਦਲਾਂ ਪਿੱਛੇ ਮਾਰਦਾ ਥੋੜ੍ਹੀ ਜਿਹੀ ਲਸ਼ਕੋਰ ਜੀ ਉਹ ਸਾਹਮਣੇ ਪਰ ਹਜੇ ਜ਼ੋਰ ਲਾ ਰਿਹਾ ਪੂਰਾ ਬਾਹਰ ਆਉਣ ਨਹੀਂ ਦਿੰਦੇ ਬੱਦਲਾਂ 'ਚ ਲੱਗਦਾ ਹਾਲਾਤ ਜਿਹੜੇ ਆ ਅਤੇ ਮੀਂਹ ਰਾਤੀ ਵੀ ਪਿਆ ਹੈ ਨਾ ਅਤੇ ਆਪਾਂ ਪਹੁੰਚਣ ਵਾਲੇ ਹਾਂ ਜੀ ਗੁਰਦਾਸਪੁਰ ਧਾਰੀਵਾਲ ਦੇ ਕੋਲ ਦੀ ਲੰਘਦੇ ਪਏ ਆਪਾਂ ਅਤੇ ਗੁਰਦਾਸਪੁਰ ਪਹੁੰਚ ਜਾਣਾ ਹੋਰ ਚੜ੍ਹਦੇ ਹਾਂ ਆਪਾਂ ਟਾਈਮ ਹੋ ਗਿਆ ਬਸ 6:18 ਹੈ ਨਾ ਅਤੇ ਸਾਹਮਣੇ ਗੱਲ ਕਰੀਏ ਅਤੇ ਜਿਹੜੇ ਪਹਾੜ ਆ ਦਿਸਣ ਲੱਗ ਗਏ ਆਪਾਂ ਪਹੁੰਚਣ ਵਾਲੇ ਹਾਂ ਪਠਾਨਕੋਟ ਵਾਲੇ ਰੋਡ 'ਤੇ ਹਾਈਵੇ ਦੇ 4 ਲੈਨ 'ਤੇ ਅਤੇ ਆ ਜੀ ਸਾਹਮਣੇ ਰੋਡ ਆ ਅਤੇ ਦੋਨੇ ਪਾਸੇ ਮੌਸਮ ਅੱਜ ਬਹੁਤ ਘੈਂਟ ਹੈ ਨਾ ਦੇਖੋ ਬੱਦਲ ਬੁੱਦਲ ਪੂਰੇ ਹੋਏ ਵੇ ਆ ਅਤੇ ਪਹਾੜੀ ਏਰੀਏ 'ਚ ਬਸ ਆਪਾਂ ਐਂਟਰ ਕਰ ਜਾਣਾ ਹੋਰ
10-15 मिनट तक आप लंघ चले पंजाब की हद ही आ लास्ट पुल जिहड़ा पंजाब के अंदर आ ਅਤੇ ਇਸ ਤੋਂ ਮਗਰੋਂ ਅੱਗੇ ਜੰਮੂ ਕਸ਼ਮੀਰ ਸ਼ੁਰੂ ਹੋ ਜਾਣਾ ਵਾ ਅਤੇ ਆਪਾਂ ਰਵਾਂਗੇ ਕਸ਼ਮੀਰ ਮਤਲਬ ਅੱਜ ਤੋਂ ਲੈ ਕੇ ਅਗਲੇ 15 ਦਿਨ ਆਪਾਂ ਪਹਾੜਾਂ 'ਚ ਸਫ਼ਰ ਕਰਾਂਗੇ 15 ਤੋਂ 20 ਵੀ ਹੋ ਸਕਦੇ 15 ਤਾਂ ਮਿਨੀਮਮ ਹੋਣਗੇ ਅਤੇ 15 ਦਿਨ ਆਪਾਂ ਇਹਨਾਂ ਪਹਾੜਾਂ 'ਚ ਰਹਿਣਾ ਅਤੇ ਪਲੇਨ ਇਲਾਕਿਆਂ ਨੂੰ ਤਰਸਾਂਗੇ ਅਤੇ ਚੱਲੇ ਵੀ ਪਹਾੜਾਂ 'ਚ ਚਲੋ ਕੋਈ ਗੱਲ ਨਹੀਂ ਅਤੇ ਕਸ਼ਮੀਰ ਟੂਰ ਨਾਲ ਆਪਾਂ ਲੇਹ ਲਦਾਖ ਦਾ ਟੂਰ ਤੁਹਾਨੂੰ ਦਿਖਾਵਾਂਗੇ ਅਤੇ ਆ ਗਿਆ ਜੀ ਲਖਨਪੁਰ ਵਾਲਾ ਬਾਰਡਰ ਇੱਥੇ ਹੁੰਦੀ ਚੈਕਿੰਗ ਅਤੇ ਆਪਾਂ ਕਰਾ ਕੇ ਅਤੇ ਚੱਲਦੇ ਅੱਗੇ जी वो इलाका आ गया जिथे आ गए इन्हें सिमा सुमा सब बंद हो जाए इतों मर के पंजाब की सिम बंद रहनी है जब क्योंकि आप कर रहे जम्मू कश्मीर चौटर इधर कह लिया बिल वाली सिम चल दी दूजिया सारिया बंद हो जाए अगे भी दसी जो भी आई तो जे ब्लॉग पहली बार वेख रहे हो कि किस चीज़ का ध्यान रखना कि जोड़ा भी जम्मू घूम आ रहा जम्मू के जड़ी भी बिल वाली सिम ऑनली चलनी है बाकी सारिया सिम बंद हो जाए बस बंद हो गई नहीं होना जी उठ खड़ी साड़ी निमरत तो सरदार साहब भी मगर उठ खड़े ना कीरत किवें आ कित चलिया पहाड़ आप नेड़े नेड़े होने जाने पहाड़ा जाना ऐसे कि आप जम्मू इधर नहीं जाना जम्मू तो पहले मुड़ जाना वा 15 किलोमीटर तो मुड़ के सीधा उदों पर निकल के जाए 8 किलोमीटर तो आप सांबा आऊगा ना सांबा तो इतों आप मुड़ जाना 8 किलोमीटर 8.5 किलोमीटर तो निमरत साड़ी भी उठ खड़ी तो कीरत न आ गई सी पोटी तो मैं क्या डीजल पवा लें पंप तो नाले कीरत गया इधर दिखाने डीजल की गल करिए 2181 रुपए का डीजल हो गया है ना मगर टायर च हवा थोड़ी घट लगती है पौने है ना चकड़ो चकड़ी वाला काम भी होया पा दी गुरु मगरों गड्डी बैठी बैठी समान वाहवा ही लगता है ना ता ही जम के चलती भी अज हाँ जी अज दे सफर की गल करिए आप सवेरे 4 बजे निकल गए थे ना तो हूँ टाइम करिए 7:30 का हो गया 4 बजे तो चले सी क्योंकि आप पहुँचना वा डल लेक कश्मीर है ना श्रीनगर जे श्रीनगर आप ही पहुँच पावे वेले ना तो जे उ नेरा हो जाता फिर फायदा कोई नहीं आप उ बोट हाउस जो पिछली बार बुक किया उ जिन्होंने नहीं वेखा वो पिछला वेख सकते हैं डल लेक के रात को रहेंगे बच्चों के नाल कल फिर आप जाएगा डल लेक के ही रहन का दादा है वा तो बाकी वधिया चल रहा वा टूर तो जुड़ जो टूर के नाल शेयर कर दौ चैनल में जरूर सबसक्राइब कर लो तो लाइक जरूर कर दिया करो कमेंट करके दस्यो वीडियो कितना की लग रही है ना तो आप शाम को पहुँच जावे मतलब मीह का 4 बजे तो पहलों श्रीनगर आप डल लेक जावे ना तो बाकी बच्चों के नाल थोड़ा जहा वैसे तो डल लेक मैं तो रह गया सी पर बच्चे नाल जा रहे हैं इस करके इन्हों मैं जल्द दिखा दें वैसे अपना प्लैन मेन लेह घूम जी लेह लद्दाख पर एक दिन आप इतने लावे ना हाँ जी हो गए फ्रैश हाँ चलो लो जी आप पहुँच गए ढाबे के हूँ इतों छका परौंठे है ना क्योंकि इतने छेती ढाबा लभदा नहीं तो मिलटरी वाला है इतने बनया है ना तो मैंने कहा इतने 2 ढाबे के पिछे से तो एक ये रहा है ना इतने हम छकते हैं परौंठे तो फिर चलते गाँव लो जी निमर छाटी भुख लगी आई वे इधर कपड़े चेंज होने लग गए है ना तैयारी वट रहा होने पटका पटका बाला वधिया सोहना बन जा पता फिर तेरी फोटो खिंचा मेरी निमरत खेड़ चल आप पहुँच गए मानसर लेक ये मानसर लेक बजती इतने जे इन्नी तरह के पंछी अंदर होंगे दिखाने तुम अंदर चल गए तो गुरगीत भी सा गया हाँ टिकता कदों फिर वो चल वीरा चक लगा वीरा चक लुर के जाइए हों पुत गड्डिया भी अंदर जाती आप बहर ला दी ओ वे पता ही नहीं मेहंदी देख कि भैड़ा जा अं उ ला गया उधर दर गए ना थले हाँ मैं इधर दे आए थे इतो हाँ लो जी आप पहुँच गए मानसर लेक है ना तो निमरत साड़ी का सब तो लंबा सफर होगा है ना क्योंकि निमरत अगे गए हैं 300-400 किलोमीटर तो अगे भी इन्हें सफ़र किया वा पर अज का जोड़ा सा सफर 500 किलोमीटर का वा जो असी जीरे तो लैके श्रीनगर तक डल लेक तक जाना है ना तो बाकी सरदार साहब भी टिगे होने एक धोन परने दोनों हाँ थले देख के इधर भी आ जाओ इधर भी हाँ तो चलो चलते थोड़ा ये आप मानसर लेक अगे भी वाहवा टाइम हो गया पहले भी आए थे पर हम फिर तू मानसर लेक जी दिखावे मगर देखो लेक कि सोहनी है ना तो है भी वड्डी एक एक चीज़ होर मैं देखी आ
पिछले हफ्ते भी हफ्ता 10 दिन पहले भी आप श्रीनगर घूमया वा तो उदो भी ये नोट किया भी श्रीनगर के मतलब कश्मीर के लेक बहुत ज्यादा जम्मू कश्मीर च वाकई जड़िया इदा देक्स है बहुत ज्यादा ना। चलो जाके दिखाने तुम अंदर आना भाई जी आप पहुँच गए मानसर लेक के इतने मच्छियाँ बहुत आ तो इतने अगे कछू कमे भी बड़े व्डे व्डे होंगे हूँ पता नहीं है कि नहीं ये आटा मंगते इतने आटा पाँदे ना हूँ तो भीड़ घट आ शाम के टाइम इतने भीड़ बहुत होंगी ना हूँ सर जी तो मोरनिंग 9 बजे आप फिर करके आ गए तो मच्छियाँ है भी बहुत आ इधरली साइड होंगे बड़े व्डे व्डे कछू अगे पता नहीं कढ के लै गए की किया कछू हाँ मूँह टट दी मेरे साथ आटा बहुत पैदा इतने भी ये है जी मानसर लेक लो जी वेख लो मानसर है ना तो लेक काफ़ी सोहनी है रीलर रूलर फोटो वगैरह खिंच लिया तो मच्छियाँ इतने बहुत है यार जो पिछे जाइए आप कछू घूमे भी बहुत ही बार हम मच्छियाँ जो तहु हाथ करिए भजगिया हो इतने दरअसल आटा बहुत पैदा जो भी शाम के टाइम होंगे आटा उटा काफ़ी पाँदे तो बाकी व्यू चंगा मगर घेंट तो वेख लो ना तो चलो चलते हूँ आप अगे तो क्योंकि डल लेक तो आप वेले पहुँचना थोड़ा जहा तो जिन्ना छेती चला जावे उन्ना रात शाम को फिर उत्थे घूम फिर लेंगे नहीं तो फिर सुबह घूमना फिर घूमना पेगा तो चलो चलते आप डल लेक जी आप वेख के मानसर लेक तो आप खिंचते अज तो उकलिया ही उड़िया चुन चढ़ी स्नो आऊगी पुत आऊगी स्नो अच्छा स्नो स्नो दे बह के चीजी खाएगा हूँ ही खा ला तू स्नो तो अजय कल परसों आऊगी सफ़र कर रहे थे जी उधमपुर तो जोड़ा सांबा जाता वा शॉर्टकट सिंगल है ना रोड मतलब पठानकोट को पठानकोट तो ला लो ये श्रीनगर जोड़ा रोड सारा सिंगल रोड है इदा जिदा चल रहा है ना ट्रैफिक बाली नहीं मेरे ख्याल टाइम किलोमीटर घट आ तो गल करिए जो सीधा अपन जम्मू में ही जाते तो इधर जाते टाइम एको जहा लगे वा पर एक चीज़ होर रोड भी बहुत सोहना तो रोड यह भी सोहना वा मतलब लोकेशन बहुत सोहनिया सोहनिया लोकेशन है भी तो चंगे चंगे झाके वाके है तो अगो ट्रक वाले ने लाइटा मारती हैं तो बई खिलार ला नहीं तो फिर वेखी जाओ बाकी उपर वे लो टावर टूवर लाए पूरे चंगे तरीके लाइट की पूरी सप्लाई हैगी इधर तो उधमपुर आपको 17 किलोमीटर मेरे हिसाब रह गया सारा तो आप चलते हूँ उधमपुर वालों बंदे साढ़े की भ्या बोल गई सैर तुह लग गया पहली बार आया पहाड़ा के बुरा हाल हो गया हूँ इन सिमरन मूहरे कर दें तो उन्होंने मगर पाने आ जाओ हैलीकॉप्टर वेख लग गए हो जाता हैलीकॉप्टर के खेड मैदान च आ जा बह जा मगर सौ जा हूँ मगर जो आ जाओ मूहरे दही है हम सौ जी हूँ मगर आप पहुँच गया उधमपुर है ना तो उधमपुर आके अपन फिर फोर लैन जोड़ा हाईवे टक्कर गया वा हूँ आप रोड भी नबेड़ देंगे वार्ड वाह निबड़ती क्योंकि दूजे के सिंगल तो ट्रैफिक भी ज़्यादा होंगे एक थोड़ा रोड भी खराब ही से ज़्यादा वधिया नहीं टोए टिपे एक समान बहुत है गड्डी मगर है ना तो जो खड़ खड़कता भी बहुत तो सामने दिख रहे जी तुम स्क्रीन के उपर उधमपुर शहर के उपर सोहने सोहने पहाड़ तो इधर एक बाग बगीचा तो नाल चलता हुआ कम तो सामने मंदिर सारिया चीज़ा तुम एक ही दिखा दी देख लो आप हूँ आप इतने एक टनल भी आऊगी अगे 10 अद्धे घंटे जाऊँगी टनल को पहुंच गए टनल के को आके जाम फिर लगा पिया वा उत्ते भी गड्डियां बहुत खड़िया इधर भी खड़िया पहाड़ा दे मीह पिया रब जाने कि चेर अच्छे जाम च फसागे चलो लग जाऊ पता फिर अच्छे बहुत चेर फसाया जाता ये पता कोई नहीं कि चेर लग जाता ये पिछली बारी जो आया 2.5 घंटे का जाम से इतने करिए तो हजे भी आप जाम के फसे हुए हैं ना घंटा हो गया होना तो निमर साड़ी ने कपड़े चेंज कर लिया ठंड वाले पा ले थोड़े जो ठंड जाइए ठंड वाले कपड़े पा ले की खा रही है खुमानी खुमानी लेके आया मैं जूस पी रही है रिपोर्टिंग करना आ गए थे बहुत तगड़ा जाम लगा लेकिन आम इंसान को क्या कहे इसलिए आप लोग जो जम्मू आना चाहते हैं या श्रीनगर जाना चाहते हैं आप प्रॉपर रूल को फॉलो करें प्रॉपर एडवाइस को फॉलो करें ठीक है।
हाँ जी, दरअसल श्रीनगर का तो अच्छे औखा ही अज जाम बहुत तकड़ा लगा तुम्हें दिखाया जी बच्चे आप दो घंटे तो वैसे भी खड़िया हो गए थे तो मैं क्या इतने खड़न नालों तो बेस्ट आ कि आप निकलते हैं जाने पटनीटॉप वाले साइड वाला खुला पटनीटॉप इतों 20-25 किलोमीटर है ठंडा एरिया वा अगे भी वैसे आप गए हैं पर पटनीटॉप जाके देखते हैं नाले तो कैंपिंग साइड का कोई जुगाड़ लाने कैंप करके देखते हैं नाले तो समान का पता लग जूगा तो नाले कैंप च रहन का अज पता लग जूगा भी रात को भी ठंड ठुंड जवाकों ज की है ना तो भी कि औखे तो नहीं हुए रात को हुई गा सारिया चीज़ों का क्लीयर हो जूगा तो नाले रोटी राटी बनाने इतने वो पता किया जरा जाम आ 4-5 घंटे ये लग सकते हैं खुलने वास्ते तो बाकी देखते हैं फिर है ना जिमें भी है ये बेस्ट है कि आप पटनीटॉप चलते हैं पटनीटॉप रहने अज की रात तो सवेरे निकलते हैं सवेरे निकलेंगे फिर श्रीनगर लिए कल श्रीनगर करेंगे स्टे तो हम आप चलते हैं पटनीटॉप तो फिर करते हैं गलबात पटनीटॉप की गल करिए इतों सिर्फ 16 किलोमीटर तो यह सारा सामने जोड़ा एरिया देख रहे जिमें उपर यह पटनीटॉप वाला ही आगू आप हौली हौली पहाड़ों के अंदर वटते जाना वा तो गल करिए जोड़ा एरिया वा सियाल के पूरी इतने बर्फ पी बर्फ न जम जाता एरिया मतलब आह जो रोड से आप जा रहे बर्फ ना भरिया हों सियाल दसंबर के इतों ही मतलब बर्फ मिलनी शुरू हो जाती जो तुम श्रीनगर आना ये आप अब फिर पटनीटॉप ही देखते हैं जे वैसे तो अब 12:30 हो गए 12:35 तो कोशिश आ गया फिर पटनीटॉप ही आप स्टे करा पटनीटॉप कितने कैंप करने की कोशिश करते हैं जगह जगह वेख के चंगी कैंप ला लें तो टेंट टेंट ला के आपका तो अज इतें रोटी रोटी बनाने तो रवेंगे फिर और गाह नहीं जाते फिर हम ना 5 घंटे तो जाम च निकल के फायदा भी कोई नहीं तो रात को पहुँचे तो पहुँचे भी गए खज्जर खुआर होंगे जाओ सवेरे सुबह वेले तुर के आप 11-10, 11-12 बजे तक वधिया आराम ना उत्ते चले जावे ये बेस्ट है कि आप अच्छ करते हैं कैंप अपना पटनीटॉप सामने आ गया पटनीटॉप जो रहे सामने जो होटल है पटनीटॉप के ही है ना वो नहीं नहीं इदा नहीं रौला नहीं पाई बहुत कितने जहाज तो टैंपरेचर घटना शुरू हो गया 17 डिग्री होने बहर का आप 15-20 मिनट तक अगर पहुंचने वाले 15-20 मिनट तक पहुँच के तो फिर दिखाने तुम वधिया वधिया लोकेशन लोकल ना की गल ये पटनीटॉप वाला आ गया है ना रोड पिछे जल्द जल्द पर टपनी पटनीटॉप उतरले जाता तो यह सनासर लेक में जो आप रोड है सामने ये सनासर लेक में जिधर मैं गड्डी खिलार ली सी तो आप चलते हैं हुण अगे अगे फिर करते हैं कि जगह जगह वेख के कैंप आप छलियां लगे खाने के मैडम छली की भुख लगी है तो निमर तो साड़ी सुती पी बेचारी निम्या उठ लो तुसी भी खानी छली ओहो सामने एक जगह आई सी एक मगर होटल भी है गड्डी इतने लाती पर उपर चढ़ना पैना उधर की चढ़िया नहीं गया स्लिपरी आ पर ऐसी चढ़ के भी समान समून उपर फिर लैके जाने क्योंकि समान मेन चढ़ा पैना ना उवें कैंप तो हो ही जाना उधर भी है जगह तो हैगी और मीह थोड़ा वाहवा पिया तो स्लिपरी है देख रहे जगह मिल गई कोई चढ़ के उपर तो लाने टेंट फिर वेख करते हैं गलबात उपर तुम तुम दिखाने कि लोकेशन कि ओहो घा तो नहीं तिलकता पैर आजा चढ़ जाएंगे कीर्तनी है चढ़ना तो चाहिए हाँ इतों की आया थोड़ा फिर उत्ते जाके सही होगा लाना उत्ते ही पैना आपू चल करते गलबात भी नहीं फिर दिखाने तुम साइड वाली लोकेशन भी कितना दी है जगह तो मिल गई है ना पर है टॉप ते आ वार बार ही उंगली फट ला ना उंगली फट के लेके जाए ना है ना फट उपर चढ़ा पैना इन उपर छड़ के आने इन्हों एक फिर समान हौली हौली कट्ठे करके ले जावे ना इधर उपर जाना है फिर उपर तुम लोकेशन भी दिखाने कि मां चढ़ाया समान साओ सही होया पैगा इतने लाने टेंट आप बदल वेखो मीह आने का कोई तो भी आ सकता उस पहले टेंट ला लीए कि जवाक ना प्योलीए कि टेंट
ਕਿਹੜਾ ਤੋਰੇ ਆ ਜਾ ਬੱਚੇ ਲਿਆ ਆਈ ਕੇ ਕੱਲੇ उधर ला दी एक पत्थर रख देने अरे पत्थर वड्डा सारा चक लूंगा छोटा जा ही ले ਕੇਸ਼ਨ ਵੇਖ ਲਓ ਕਿਹੜੀ ਆ ਤੇ ਇਧਰਲੇ ਬੰਨੇ ਬੱਦਲ ਬਿਲਕੁਲ ਬਰੋਬਰ ਇਧਰ ਧੁੰਦ ਤੇ ਸਾਹਮਣੇ ਆਪਣਾ ਕੈਂਪ ਹਨਾ ਲਾ ਹੀ ਦਿੱਤਾ ਆਖਿਰਕਾਰ ਅਸੀਂ ਚੋਟੀ ਤੇ ਤੰਬੂ ਅੱਜ ਲਾਇਆ ਔਖਾ ਹੀ ਆ ਪਰ ਅੱਜ ਫੈਮਿਲੀ ਦੇ ਨਾਲ ਥੋੜ੍ਹਾ ਜਿਹਾ ਮਤਲਬ ਇੱਕ ਨਾ ਸਮਾਨ ਗੱਡੀ ਮੈਂ ਤੁਹਾਨੂੰ ਦੱਸਦਾ ਥੱਲੇ ਖੜੀ ਨਾ ਆਪਣੀ ਤਾਂ ਕਰਕੇ ਥੋੜ੍ਹਾ ਜਿਹਾ ਦਿੱਕਤ ਹੋ ਗਈ ਨਹੀਂ ਤਾਂ ਟੈਂਟ ਲਾਉਣ 'ਚ ਕੋਈ ਦਿੱਕਤ ਜੇ ਰਿਵਰ ਸਾਈਡ ਹੁੰਦਾ ਨਾ ਪਲੇਨ 'ਤੇ ਹੁੰਦਾ ਥੱਲੇ ਫਿਰ ਲਾ ਦੇਣੇ ਪਰ ਇਹ ਵੀ ਜਗ੍ਹਾ ਸੀ ਅਸੀਂ ਪਹਿਲੇ ਦਿਨ ਲਾ ਰਹੇ ਕਿਉਂਕਿ ਇੱਥੇ ਢਾਬੇ ਢੂਬੇ ਨਾ ਹੋਟਲ ਨੇੜੇ ਆ ਥੋੜ੍ਹਾ ਸੇਫ ਅਸੀਂ ਸਮਝੋ ਚੱਲ ਕੇ ਪਹਿਲੇ ਦਿਨ ਨਾਲੇ ਟਰਾਈ ਹੋ ਜੂਗਾ ਨਾਲੇ ਸਾਰਾ ਪਤਾ ਲੱਗ ਜੂਗਾ ਵੀ ਕੀ ਚੀਜ਼ ਦੀ ਲੋੜ ਆ ਅਤੇ ਬਾਕੀ ਕੁੱਲ ਮਿਲਾ ਕੇ ਠੀਕ ਆ ਨਾ ਐਕਸਪੀਰੀਅੰਸ ਵਧੀਆ ਰਿਹਾ ਅਤੇ ਹੁਣ ਸਮਾਨ ਸਮੂਹ ਲਿਆਈਏ ਨਾ ਜੀ ਅੱਜ ਪਟਨੀਟੋਪ ਆਉਣ ਦਾ ਮੈਂ ਤੁਹਾਨੂੰ ਕਾਰਨ ਦੱਸ ਦੇਣਾ ਕੀ ਸੀ ਹੈ ਨਾ ਜਿਨ੍ਹਾਂ ਨੂੰ ਨਹੀਂ ਗਾਂ ਸਮਝ ਲੱਗੀ ਜਾਂ ਕੀ ਬਣਿਆ ਸਵੇਰ ਦਾ ਪਲਾਨ ਸੀ ਸਾਡਾ ਡੱਲ ਲੇਕ 'ਤੇ ਬੋਟ ਹਾਊਸ ਬੁੱਕ ਕੀਤਾ ਸੀ ਉਹਨੂੰ ਵੀ ਫੋਨ ਕਰਨਾ ਕਿ ਕੈਂਸਲ ਕਰ ਦੇ ਭਰਾਵਾ ਅਸੀਂ ਮਤਲਬ ਅੱਜ ਨਹੀਂ ਪਹੁੰਚ ਪਾਵਾਂਗੇ ਦਰਅਸਲ ਅਗਲਾ ਰੋਡ ਬੰਦ ਹੋ ਗਿਆ ਅਤੇ 5 ਘੰਟੇ ਦਾ ਘੱਟੋ ਘੱਟ ਜਾਮ ਸੀ ਅਤੇ 5 ਘੰਟੇ ਜਾਮ ਮੈਂ ਕਿਹਾ ਇੰਨੇ ਘੰਟੇ ਤਾਂ ਫਿਰ ਔਖਾ ਹੋਊਗਾ ਨਾ ਉਹਦੇ ਨਾਲ ਬੈਸਟ ਆ ਕਿ ਫਿਰ ਅਸੀਂ ਪਟਨੀਟੋਪ ਆ ਗਏ ਇਹ ਜਿਹੜਾ ਏਰੀਆ ਲੋਕੇਸ਼ਨ ਹੈ ਇਹ ਪਟਨੀਟੋਪ ਦੀ ਆ ਅਤੇ ਉਹ ਮਗਰ ਪਟਨੀਟੋਪ ਰਹਿ ਗਿਆ ਅਤੇ ਇੱਧਰ ਸਾਈਡ ਤਾਂ ਉਹਨੂੰ ਜਿਹੜੀ ਜਿਹਦੇ ਨੱਥਾ ਟੋਪ ਚਲੇ ਜਾਣਾ ਨੱਥਾ ਟੋਪ ਦੇ ਸਨਸਰਾ ਲੇਕ ਅਤੇ ਇੱਧਰ ਇੱਕ ਘੈਂਟ ਜੀ ਲੋਕੇਸ਼ਨ 'ਤੇ ਵਿਊ ਹੋਣਾ ਬਹੁਤ ਸੋਹਣਾ ਵਾ ਅਤੇ ਜੇ ਤੁਸੀਂ ਵੀ ਸ਼੍ਰੀਨਗਰ ਕਸ਼ਮੀਰ ਘੁੰਮਣੋ ਇਹ ਵੀ ਜ਼ਰੂਰ ਦੇਖੋ ਇੱਥੇ ਸਿਆਲ ਦੇ ਵਿੱਚ ਕਾਫੀ ਸਨੋਅ ਵਗੈਰਾ ਪੈ ਜਾਂਦੀ ਅਤੇ ਇੱਥੇ ਹੁਣ ਤਾਂ ਕਾਰਨ ਇਹ ਸੀ ਕਿ ਰੋਡ ਬੰਦ ਹੋ ਗਿਆ ਹੁਣ ਆਪਾਂ ਇੱਥੇ ਆ ਗਏ ਅਤੇ ਆਪਾਂ ਕੈਂਪ ਕੁੱਕ ਲਾ ਲਿਆ ਵਾ ਅਤੇ ਗੱਦੇ ਉਹਦੇ ਅੰਦਰ ਸੈੱਟ ਕਰਕੇ ਅਤੇ ਰੋਟੀ ਪਾਣੀ ਬਣਾਉਣੇ ਆ ਅਤੇ ਗੱਲ ਕਰਦੇ ਅੱਜ ਦੇ ਵਲੋਗ ਆਪਾਂ ਇੱਥੇ ਕਰਦੇ ਸਮਾਪਤ ਨਹੀਂ ਤਾਂ ਵਲੋਗ ਬਹੁਤ ਲੰਬਾ ਹੋ ਜਾਊ ਜੇ 2:30 ਵਜੇ ਆ ਹੈ ਨਾ ਵਲੋਗ ਆਲਰੇਡੀ ਕਾਫੀ ਲੰਬਾ ਹੋਊਗਾ ਰਾਤ ਨੂੰ ਜਿਹੜੀ ਕੈਂਪਿੰਗ ਕਰਾਂਗੇ ਬੋਨਫੇਅਰ ਕਰਾਂਗੇ ਰੋਟੀ ਰਾਟੀ ਬਣਾਉਣੇ ਆ ਹੋਰ ਜਿਹੜੇ ਐਕਟੀਵਿਟੀ ਜਿਹੜਾ ਨੇੜੇ ਨੇੜੇ ਤੁਹਾਨੂੰ ਸਾਈਡ ਸੀਨ ਵਿਖਾਉਣੇ ਆ ਉਹ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਅਤੇ ਵਲੋਗ ਦੇ ਨਾਲ ਜੁੜੇ ਰਹੋ ਆਏ ਅੱਜ ਆਪਣੇ ਵਲੋਗ ਦਾ ਇੰਡੀਆ ਟੂਰ ਦਾ 9ਵਾਂ ਦਿਨ 8 ਦਿਨ ਮੈਂ ਪਹਿਲਾਂ ਟਰੈਵਲ ਕਰ ਗਿਆ ਸੀ ਉਹਦੇ 14-15 ਵਲੋਗ ਸੀ ਅਤੇ ਹੁਣ 20-25 ਦਿਨ ਹੁਣ ਟਰੈਵਲ ਕਰਨਾ ਵਾ ਆਪਾਂ ਲੇਹ ਤੱਕ ਜਾ ਰਹੇ ਹਾਂ ਅੱਜ ਇੱਥੇ ਕੱਲ੍ਹ ਨੂੰ ਸ਼੍ਰੀਨਗਰ ਫਿਰ ਗਾਂਧੀ ਗਾਂ ਚੱਲਦੇ ਚੱਲਾਂਗੇ ਨਾ ਅਤੇ ਜੁੜੇ ਰਹੋ ਵਲੋਗ ਦੇ ਨਾਲ ਵਲੋਗ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰੋ ਅਤੇ ਮਿਲਦੇ ਅਗਲੇ ਵਾਰ 'ਚ ਸਾਹ ਬਹੁਤ ਚੜਵਾ ਸਮਾਨ ਥੱਲੇ ਚੜਾ ਕੇ ਲਿਆ ਤੁਸੀਂ ਵੇਖ ਲਿਆ ਨਾ ਅਤੇ ਮਿਲਦੇ ਆ ਫਿਰ ਅਗਲੇ ਵਾਰ 'ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਹੁਣ ਤੱਕ ਵੀਡੀਓ ਦੇਖ ਲਿਆ ਅਤੇ ਮਿਲਦੇ ਆ ਅਗਲੇ ਵਲੋਗ 'ਚ ਅਤੇ ਜੁੜੇ ਰਹੋ ਇੰਡੀਆ ਟੂਰ ਦੇ ਨਾਲ।